ਜਨੇ ਜਿੰਨਾ ਚੱਕਰ ਮੈਨੂੰ ਭਰਪੂਰ ਜਾਣਕਾਰੀ ਨਹੀਂ ਹੋ ਜਾਂਦੀ ਉਸ ਸਬਜੈਕਟ ਦੇ ਬਾਰੇ ਮੈਂ ਉਸ ਬਾਰੇ ਮਤਲਬ ਲਿਖਣਾ ਦਾ ਕੋਈ ਦਾ ਸੋਚਦਾ ਵੀ ਨਹੀਂ ਪਰ ਮੇਰੀ ਪਹਿਲੀ ਜਾਨੀ ਕੋਸ਼ਿਸ਼ ਇਹ ਹੁੰਦੀ ਕਿ ਸਾਰਾ ਸਬਜੈਕਟ ਬਾਰੇ ਮੈਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕੈਨੇਡਾ ਤੇ ਅਮਰੀਕਾ ਗੋਰਿਆਂ ਦੇ ਮੁਲਕ ਨਹੀਂ ਹੈ ਇਹ ਅਸਲ ਵਿੱਚ ਨੇਟਿਵਾਂ ਦੇ ਮੁਲਕ ਹੈ ਨੇਟਿਵ ਲੋਕ ਇੱਥੇ ਰਹਿੰਦੇ ਸੀ ਪਰ ਗੋਰੀਆ ਨੇ ਆ ਕੇ ਉਹਨਾਂ ਦੇ ਨਾਲ ਇੱਕ ਕਿਸਮ ਦਾ ਨਸਲ ਕੁਸ਼ੀ ਵਾਲਾ ਵਿਹਾਰ ਕੀਤਾ। ਔਰ ਜਿਹੜੀ ਮਾੜੀ ਗੱਲ ਹੋਈ ਆ ਕਿ ਕ੍ਰਾਈਮ ਵੀ ਕਾਫੀ ਹੋ ਗਿਆ ਸਾਡੇ ਆਪਣੇ ਭਾਈਚਾਰੇ ਦੇ ਲੋਕ ਜਣੇ ਜਿਹੜਾ ਪਹਿਲਾਂ ਸਾਡੀ ਕਮਿਊਨਿਟੀ ਦਾ ਇਮੇਜ ਬਹੁਤ ਵਧੀਆ ਸੀ ਉਹ ਹੁਣ ਉਹ ਇਮੇਜ ਤੇ ਦਾਗ ਲੱਗ ਰਹੇ ਆ। ਮੈਂ ਇੱਕ ਸਾਧਾਰਨ ਜਹੇ ਕਿਸਾਨੀ ਪਰਿਵਾਰ ਦਾ ਜੰਪੜਾ ਹਾਂ ਮੇਰਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮੇਗੋਵਾਲ ਵਿਖੇ 1944 ਵਿੱਚ ਹੋਇਆ ਤੇ ਹੁਣ ਮੇਰੀ ਉਮਰ 78 78 ਸਾਲ ਦੀ ਹੈ ਸਾਡੇ ਮਾਤਾ ਜੀ ਦਾ ਨਾਮ ਭਾਗੌਰ ਤੇ ਪਿਤਾ ਜੀ ਦਾ ਨਾਮ ਸਰਦਾਰ ਮਹਿੰਦਰ ਸਿੰਘ ਸੀ ਚਾਰ ਜਮਾਤਾਂ ਮੈਂ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜਿਆ ਤੇ 5ਵੀਂ ਤੋਂ 10ਵੀਂ ਤੱਕ ਦੀ ਪੜਾਈ ਜਿਹੜੀ ਹੈ ਉਹ ਸਾਡੇ ਗੁਆਂਢੀ ਪਿੰਡ ਨਸਰਾਲਾ ਦੇ ਹਾਈ ਸਕੂਲ ਤੋਂ ਕੀਤੀ। ਉਹ ਜ਼ਮਾਨਾ ਅੱਜ ਦੇ ਜ਼ਮਾਨੇ ਨਾਲੋਂ ਬਹੁਤ ਵੱਖਰਾ ਸੀ। 5 ਕਿਲੋਮੀਟਰ ਤੁਰ ਕੇ ਜਾਂਦਾ ਸਾਂ, ਤੁਰ ਕੇ ਆਉਂਦਾ ਸਾਂ ਤੇ ਸਾਈਕਲ ਤਾਂ ਕਿਸੇ ਕਿਸੇ ਵਿਦਿਆਰਥੀ ਨੂੰ ਹੀ ਜੁੜਦਾ ਸੀ ਆਮ ਤੌਰ ਤੇ ਸਾਰੇ ਵਿਦਿਆਰਥੀ ਤੁਰ ਕੇ ਜਾਂਦੇ ਸਨ। ਔਰ ਮੈਂ ਜਾਣੇ ਦਸਵੀਂ ਤੱਕ ਮੈਂ ਔਰ ਮੇਰੇ ਹੋਰ ਜਿਹੜੇ ਸਾਥੀ ਵਿਦਿਆਰਥੀ ਸੀਗੇ ਬਲਕਿ ਸਾਰਾ ਸਕੂਲ ਦੇ ਵਿਦਿਆਰਥੀ ਕਮੀਜ਼ਾ ਪਜਾਮੇ ਪਹਿਨ ਕੇ ਸਕੂਲ ਤੇ ਜਾਂਦੇ ਹੁੰਦੇ ਸੀ ਪੈਂਟ ਵੈਰਾ ਪਾਉਣ ਦਾ ਉਦੋਂ ਕਹਿ ਸਕਦੇ ਕਿ ਸਮਰੱਥਾ ਵੀ ਨਹੀਂ ਸੀ ਆਮ ਪਰਿਵਾਰਾਂ ਵਿੱਚ ਤੇ ਇੰਨਾ ਮਤਲਬ ਇਹ ਵੀ ਨਹੀਂ ਸੀ ਕਿ ਆਪੇ ਪਿਸ਼ਾਕਾਂ ਵੱਲ ਜ਼ਿਆਦਾ ਧਿਆਨ ਦੇਣਾ ਪਰ ਕੋਸ਼ਿਸ਼ ਹੁੰਦੀ ਸੀ ਕਿ ਪੜਾਈ ਦਿੱਲ ਲਾ ਕੇ ਕਰਨੀਆਂ ਔਰ ਪੜ੍ਹਾਈ ਦੇ ਨਾਲ-ਨਾਲ ਮੈਂ ਆਪਣੇ ਬਾਪੂ ਜੀ ਨਾਲ ਖੇਤੀ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸਾਂ ਅ ਮੇਰੇ ਬਾਬਾ ਜੀ ਸੂਫੀ ਸਾਹਿਦ ਰਸਿਅ ਸਨ ਮੇਰੇ ਜਾਣ ਤੋਂ ਪਹਿਲਾਂ ਹੀ ਉਹ ਇਸ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਦੀਆਂ ਬੁੱਲੇ ਸ਼ਾ ਸ਼ਾਹ ਹਸਨ ਸੁਲਤਾਨ ਬਾਹੂ ਦੀਆਂ ਕਿਤਾਬਾਂ ਘਰ ਚ ਪਈਆਂ ਸਨ ਉਹਨਾਂ ਕਿਤਾਬਾਂ ਬਾਰੇ ਮੈਨੂੰ ਬਾਲ ਉਮਰੇ ਤਾਂ ਕੀ ਪਤਾ ਲੱਗਣਾ ਸੀ ਮੈਂ ਸ਼ਾਇਦ 7ਵੀਂ 8ਵੀਂ ਵਿੱਚ ਸਾਂ ਜਦੋਂ ਪਹਿਲੀ ਵਾਰ ਉਹ ਕਿਤਾਬਾਂ ਪੜ੍ਹੀਆਂ ਤੇ ਉਹਨਾਂ ਵਿੱਚ ਲਿਖੋਹਜ ਨੂੰ ਮਾਣਿਆ ਫਿਰ ਜਿਉਂ-ਜਿਉਂ ਮੈਨੂੰ ਉਹਨਾਂ ਕਿਤਾਬਾਂ ਦੀ ਉਹਨਾਂ ਕਵਿਤਾਵਾਂ ਦੀ ਸੂਫੀ ਸਾਹੇ ਦੀ ਸਮਝ ਆਉਂਦੀ ਗਈ ਮੈਂ ਉਹਨਾਂ ਕਿਤਾਬਾਂ ਸੰਗ ਵਧੇਰੇ ਜੁੜਦਾ ਗਿਆ ਤੇ ਕਿਤਾਬਾਂ ਪੜ੍ਹਦੇ ਚੱਟਕ ਮੈਨੂੰ ਬਾਬਾ ਜੀ ਦੀਆਂ ਕਿਤਾਬਾਂ ਤੋਂ ਲੱਗੀ ਮੇਰੇ ਬਾਪੂ ਜੀ ਉਹਨਾਂ ਕੋਲ ਬਾਤਾਂ ਦਾ ਬਹੁਤ ਵੱਡਾ ਭੰਡਾਰ ਸੀ। ਉਹਨਾਂ ਦੀ ਬਾਤ ਬਹੁਤ ਲੰਮੀ ਹੁੰਦੀ ਸੀ। ਅੱਧੀ ਅੱਧੀ ਰਾਤ ਲੰਘ ਜਾਣੀ ਤਾਂ ਜਾ ਕੇ ਉਹਨਾਂ ਦੀ ਬਾਤ ਮੁੱਕਦੀ ਸੀ। ਸੇ ਉਹ ਬਾਤਾਂ ਹੁੰਦੀਆਂ ਤਾਂ ਰਾਜੇ ਰਾਣੀਆਂ ਵਾਲੇ ਸੀਗੀਆਂ ਪਰ ਉਹਨਾਂ ਵਿੱਚ ਲੈ ਜੋ ਗਲਪ ਦੇ ਤੱਤ ਹੈ ਉਹ ਮੇਰੇ ਅੰਦਰ ਕਿਤੇ ਡੂੰਘੇ ਉੱਤਰ ਗਏ। ਪੜਾਈ ਵਿੱਚ ਹੁਸ਼ਿਆਰ ਵਿਦਿਆਰਥੀ ਸਾਂ 10ਵੀਂ ਵਿੱਚੋਂ ਹਾਈ ਫਰਸਟ ਡਿਵੀਜ਼ਨ ਆਈ। ਤਾ ਅਗਾਹ ਪਾਣ ਦੀ ਬੜੀ ਜੀਸ਼ ਸੀ ਪਰ ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਕਾਲਜ ਦੀ ਪੜ੍ਹਾਈ ਨਸੀਬ ਨਾ ਹੋਈ ਮੈਂ 에ਅਰਫੋਰਸ ਵਿੱਚ ਭਰਤੀ ਹੋ ਗਿਆ 에ਅਰਫੋਰਸ ਸਾਰੇ ਭਾਰਤੀਆਂ ਦੀ ਰਲ ਮਿਲ ਕੇ ਸਨਾ ਮੇਰੇ ਨਾਲ ਬੰਗਾਲੀ, ਤਾਮਿਲ, ਤੇਲਗੂ, ਗੁਜਰਾਤੀ, ਮਰਾਠੀ ਜਾਨੀ ਸਾਰੇ ਸੂਬਿਆਂ ਦੇ ਲੋਕ ਕੰਮ ਕਰਦੇ ਸਨ ਔਰ ਬਦਲੀਆਂ ਦੇ ਚੱਕਰ ਵਿੱਚ ਮੈਂ ਹਿੰਦੁਸਤਾਨ ਦੇ ਤਕਰੀਬਨ ਅੱਧੇ ਸੂਬਿਆਂ ਦੇ ਛੋਟੇ ਵੱਡੇ ਸ਼ਹਿਰਾਂ ਕਸਬਿਆਂ ਵਿੱਚ ਰਿੰਦਾ ਰਿਆ। ਸੋ ਉਹਨਾਂ ਸ਼ਹਿਰਾਂ ਕਸਬਿਆਂ ਵਿੱਚ ਰਹਿੰਦਿਆਂ ਵੱਸਦਿਆਂ ਤੇ ਸਾਰੇ ਭਾਰਤੀ ਲੋਕਾਂ ਦੇ ਨਾਲ ਉਹਨਾਂ ਵਿੱਚ ਵਿਚਰਦਿਆਂ ਮੇਰੀ ਰਚਨਾ ਮੇਰੀ ਜੋ ਜੀਵਨ ਦ੍ਰਿਸ਼ਟੀ ਹੈ ਮੇਰਾ ਜੋ ਨਜ਼ਰੀਆ ਹੈ ਉਹ ਬਸਹੀ ਹੋਇਆ। ਔਰ ਬਦਲੀਆਂ ਦੇ ਚੱਕਰ ਵਿੱਚ ਹੀ ਮੈਂ ਇੱਕ ਵਾਰ ਅਸਾਮ ਨਿਫਾਇਰੀ ਚ ਗਿਆ। ਉੱਥੋਂ ਦੀ ਜਿਹੜੀ ਪ੍ਰਕਿਰਤਿਕ ਸੁੰਦਰਤਾ ਆ ਉਹਨੇ ਮੈਨੂੰ ਮੋਹ ਲਿਆ। ਮੇਰਾ ਐਤਵਾਰ ਦਾ ਦਿਨ ਉੱਥੋਂ ਦੇ ਜੰਗਲਾਂ, ਦਰਿਆਵਾ ਤੇ ਚਾਹ ਦੇ ਮੀਹਾਂ ਤੱਕ ਫਸਰੇ ਬਾਗਾਂ ਦਵਾਲੇ ਘੁੰਮਦਿਆਂ ਬੀਤਦਾ। ਉਹਨਾਂ ਹੀ ਦਿਨਾਂ ਵਿੱਚ ਮੈਂ ਆ ਨਾਨਕ ਸਿੰਘ ਜਸਵਾਸੇ ਕਮਲ ਤੇ ਗੁਰਦੇਵ ਚੰਗੇ ਨਾਵਲ ਪੜ੍ਹੇ ਪ੍ਰਕਿਰਤਿਕ ਸੁੰਦਰਤਾ ਦਾ ਔਰ ਉਹ ਨਾਵਲ ਪੜ੍ਹਨ ਦਾ ਕੁਝ ਐਸਾ ਅਸਰ ਹੋਇਆ ਕਿ ਮੈਨੂੰ ਲੱਗਾ ਮੈਂ ਨਾਵਲ ਲਿਖ ਸਕਦਾ ਔਰ ਮੈਂ ਨਾਵਲ ਲਿਖਿਆ ਉਦੋਂ ਮੇਰੀ ਉਮਰ 22 ਸਾਲ ਦੀ ਸੀ ਨਾਵਲ ਛਪਾਉਣ ਲਈ ਜਾਂ ਉਹਦੇ ਬਾਰੇ ਕਿਸੇ ਵਿਦਵਾਨ ਦੀ رائے ਲੈਣ ਬਾਰੇ ਸੋਚ ਰਿਹਾ ਸੀ ਕਿ ਮੇਰੇ ਦੋ ਸਾਥੀ ਕਮਿਸ਼ਨਡ ਅਫਸਰ ਬਣਨ ਦੀਆਂ ਗੱਲਾਂ ਕਰਨ ਲੱਗ ਪਏ ਤਾਂ ਮੇਰੇ ਮਨ ਵਿੱਚ ਵੀ ਆਇਆ ਕਿ ਪਹਿਲਾਂ ਆਪਣਾ ਕਰੀਅਰ ਬਣਾ ਲਵਾਂ ਜੋ ਨਾਵਲ ਲਿਖਣ ਦਾ ਕਾਰਜ ਹੈ ਬਾਅਦ ਵਿੱਚ ਹੁੰਦਾ ਰਹੇਗਾ ਸੋ ਉਸ ਤਿੰਨੇ ਜਣੇ ਕਮਿਸ਼ਨਡ ਅਫਸਰ ਬਣ ਲਈ ਜੋ ਉਹਦਾ ਰਿਜ਼ਾਮ ਵਗੈਰਾ ਹੁੰਦੇ ਇਮਤਿਹਾਨ ਹੁੰਦੇ ਉਹਨਾਂ ਦੀ ਤਿਆਰੀ 'ਚ ਰੁੱਝ ਗਏ ਮੈਂ ਤਿੰਨਾਂ ਵਿੱਚੋਂ ਸਿਰ ਕੱਟ ਸੀ ਫਾਰ ਕੋਸ਼ਿਸ਼ ਹੈ ਜਿਹੜਾ ਚੱਕਰ ਪਿਆ ਕਿ ਮੈਂ ਰਹਿ ਗਿਆ ਤੇ ਮੇਰੇ ਦੋਨੋਂ ਸਾਥੀ ਕਮਿਸ਼ਨਡ ਅਫਸਰ ਲੈਫਟੀਨੈਂਟ ਸਿਲੈਕਟ ਹੋ ਗਏ ਮਾਨ ਵਿੱਚ ਨਿਰਾਸ਼ਤਾ ਆਈ ਤੇ 에ਅਰ ਫੋਰਸ ਤੇ ਜਿਹੜੀ ਨੌਕਰੀ ਸੀ ਕਿ ਮੇਰੀ ਉਹ ਸਧਾਰਨ ਰੈਂਕਾਂ ਵਾਲੀ ਉਹ ਕੋਈ ਚੰਗੇ ਵਿੱਤਪ ਵਿਖਵਾਲੀ ਨਹੀਂ ਸੀ ਤਾਂ ਮੈਂ ਫਿਰ ਪ੍ਰਾਈਵੇਟਲੀ ਅਕਾਦਮਿਕ ਪੜ੍ਹਾਈ ਸ਼ੁਰੂ ਕਰ ਲਈ ਆਗਰੇ ਤੋਂ ਮੈਂ ਇੰਟਰਮੀਡੀਏਟ ਕੀਤੀ ਪੰਜਾਬ ਯੂਨੀਵਰਸਿਟੀ ਤੋਂ ਬੀਏ ਫਿਰ ਐਮਏ ਅੰਗਰੇਜ਼ੀ ਦੀ ਉਸ ਤੋਂ ਬਾਅਦ ਐਮਏ ਪੰਜਾਬੀ ਦੀ ਦੋ ਐਮਏ ਕੀਤੀ ਪੰਜਾਬੀ ਦੀ ਐਮਏ ਦੇ ਸਿਲੇਬਸ ਵਿੱਚ ਤਿੰਨ ਕਹਾਣੀ ਸੰਗ੍ਰਹਿ ਲੱਗੇ ਹੋਏ ਸੀ ਸੁਜਾਨ ਸਿੰਘ ਦਾ ਦੁੱਖ ਸੁਖ ਕਰਤਾਰ ਸਿੰਘ ਦੁੱਗਲ ਦਾ ਪਾਰੇ ਮਾਰੇ ਤੇ ਕੁਲਵੰਤ ਸਿੰਘ ਵਿਰਕ ਦਾ ਨਵੇਂ ਲੋਕ ਉਹ ਕਹਾਣੀਆਂ ਨੇ ਮੇਰਾ ਬੜਾ ਮੇਰੇ ਤੇ ਬਹੁਤ ਪ੍ਰਭਾਵ ਪਾਇਆ ਮੈਨੂੰ ਲੱਗਾ ਵੀ ਇਹ ਕਹਾਣੀਆਂ ਜਾਨੇ ਸਾਹਿਦ ਦਾ ਮੈਨੂੰ ਵਧੀਆ ਰੂਪ ਹੈ ਫਿਰ ਜਦੋਂ ਕਹਾਣੀਆਂ ਬਾਰੇ ਕਹਾਣੀ ਟੈਕਨੀਕ ਬਾਰੇ ਕਹਾਣੀ ਦੇ ਰੂਪ ਬਾਰੇ ਕੁਝ ਲੇਖ ਪੜੇ ਤਾਂ ਮੈਨੂੰ ਲੱਗਾ ਕਿ ਮੇਰੇ ਅੰਦਰ ਜੋ ਲਿਖਣ ਦੀ ਰੁਚੀ ਹੈ ਉਹ ਕਹਾਣੀ ਦੇ ਵਧੇਰੇ ਅਨੁਕੂਲ ਹੈ ਤਾ ਮੈਂ ਕਹਾਣੀ ਦੇ ਨਾਲ ਜੁੜ ਗਿਆ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਅ ਅਰਪੋਰਟਸ ਮੈਂ 15 ਸਾਲ ਬਾਅਦ ਛੱਡ ਦਿੱਤੀ। 1962 ਵਿੱਚ ਗਿਆ ਸੀ 1970 ਵਿੱਚ ਛੱਡ ਦਿੱਤੀ। ਔਰ ਮੈਨੋਹਰ ਬੈਂਕ ਦੇ ਅਕਾਊਂਟੈਂਟ ਦੀ ਜੌਬ ਮਿਲ ਗਈ। ਤਾਂ ਉਹ ਸੁਖ ਆਰਾਮ ਵਾਲੀ ਜੌਬ ਸੀ, ਫੌਜੀ ਲਾਈਫ ਕੋਸ਼ੋਰ ਸੀ ਪਰ ਉਹ ਚੰਗੀ ਜ਼ਿੰਦਗੀ ਸੀ, ਚੰਗੀ ਜੌਬ ਸੀ ਤੇ ਮੈਂ ਕਹਾਣੀਆਂ ਲਿਖਣ ਲੱਗ ਪਿਆ ਔਰ ਮੇਰੀਆਂ ਕਹਾਣੀਆਂ ਲੋਪਰਚਾਉ ਦੇ ਅਮਰਸਾਤੋ ਛਪਦਾ ਸੀ ਕਨੀਲ ਮਣੀ ਜਲੰਧਰ ਤੋਂ ਛਪਦਾ ਸੀ ਉਹਨਾਂ ਪਰਚਿਆਂ ਵਿੱਚ ਛਪਦੀਆਂ ਰਹੇ ਆ ਪਹਿਲਾ ਕਥਾ ਸੰਗ੍ਰਹਿ 1981 ਵਿੱਚ ਛਪਿਆ ਮੈਨੂੰ ਕੀ ਅ ਦੂਜਾ ਮਨੁੱਖ ਤੇ ਮਨੁੱਖ 1983 ਵਿੱਚ ਸਮੇਂ ਦੇ ਹਾਣੇ 1987 ਵਿੱਚ ਤੇ ਬੈਂਕ ਦੀ ਨੌਕਰੀ ਵਿੱਚੋਂ ਛੱਡ ਮੈਂ 11 ਸਾਲ ਬੈਂਕ ਦੀ ਨੌਕਰੀ ਕੀਤੀ ਵਿੱਚ ਨੌਕਰੀ ਮਤਲਬ ਮੈਂ ਛੱਡ ਦਿੱਤੀ ਔਰ ਪੈਰ ਚੱਕਰ ਸੇਗਾ ਮੈਂ ਕੈਨੇਡਾ ਚਲਾ ਗਿਆ ਕੈਨੇਡਾ ਵਿੱਚ ਇੱਕ 엘ੀਟ ਕਿਸਮ ਦੀ ਸਿਕਿਉਰਿਟੀ ਕੰਪਨੀ ਹੈ ਕੋ ਕੈਨੇਡੀਅਨ ਕੋਰ ਆਫ ਕਮਿਸ਼ਨਰਸ ਉਹ ਕੈਨੇਡਾ ਦੇ ਸਾਬਕਾ ਫੌਜੀ ਆ ਜੋ ਉਹਨਾਂ ਦੀ ਕੰਪਨੀ ਹੈ ਉਸ ਵਿੱਚ 85% ਗੋਰੇ ਸੀਗੇ ਤੇ 15% ਕਾਮਨਵੈਲਥ ਮੁਲਕਾਂ ਤੋਂ ਗਏ ਹੋਏ ਸਾਬਕਾ ਫੌਜੀ ਤੇ ਮੈਂ ਉਸ ਕੰਪਨੀ ਵਿੱਚ ਸੁਪਰਵਾਈਜ਼ਰ ਦੀ ਜੌਬ ਕੀਤੀ ਔਰ ਮੇਰਾ ਰੈਂਕ ਸੀ ਮਾਸਟਰ ਵਰਟ ਆਫਸਰ ਗੋਰੀਆਂ ਨੂੰ ਸਮਝਣ ਵਾਸਤੇ ਦੇਖਣ ਸਮਝਣ ਵਾਸਤੇ ਉਹ ਜੌਬ ਮੇਰੇ ਲਈ ਕਾਫੀ ਫਾਇਦੇਮੰਦ ਰਹੀ 85% ਗੋਰੀ ਸੀ ਮੇਰੇ ਨਾਲ ਔਰ ਮੈਂ ਜਾਦੇਸਮਾ 에ਰਪੋਰਟ ਤੇ ਰਹਾ 에ਰਪੋਰਟ ਤੇ ਵੀ ਕਈ ਦੇਸ਼ਾਂ ਦੇ ਕਈ ਭਾਂਤਾਂ ਦੇ ਕਈ ਕਈ ਰੰਗਾਂ ਦੇ ਨਸਲਾਂ ਦੇ ਤੁਸੀਂ ਲੋਕੀ ਦੇਖਦੇ ਆ ਤੇ ਮੇਰੇ ਵਾਸਤੇ ਇੱਕ ਚੰਗਾ ਉਹ ਚੰਗਾ ਇੱਕ ਗਿਆਨ ਸੀ ਚੰਗੀ ਇੱਕ ਨੌਲੇਜ ਸੀ ਚੰਗੀ ਇੱਕ ਜਾਣਕਾਰੀ ਸੀ ਲੋਕਾਂ ਨੂੰ ਵਿਖਣ ਸਮਝਣ ਦੀ ਤੇ ਗੱਲ ਹੁਣ ਰਤਨਾਕਾਰੀ ਦੀ ਕੈਨੇਡਾ ਵਿੱਚ ਪੰਜ ਸਾਲ ਮੈਂ ਕੁਝ ਨਹੀਂ ਲਿਖ ਸਕਿਆ ਉੱਥੇ ਜ਼ਿੰਦਗੀ ਸਫਰ ਤੋਂ ਸ਼ੁਰੂ ਕੀਤੀ ਔਰ ਅਣਕਿਆਸੀਆਂ ਕਠਿਨਾਈਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ ਤੇ ਮੈਨੂੰ ਇੰਦਾ ਲੱਗਣ ਲੱਗ ਪਿਆ ਸੀ ਕਿ ਲਿਖਣ ਪੜਨ ਦੀ ਗੱਲ ਮੇਰੇ ਅੰਦਰੋਂ ਸਦਾ ਵਾਸਤੇ ਖਤਮ ਹੋ ਗਈ ਹੈ ਤਾਂ ਫਿਰ ਹਾਲਾਤ ਕੁਝ ਸਿਖਾਵੇ ਹੋਏ ਤਾਂ ਇੱਕ ਅਚੰਭਾ ਵਾਪਰ ਗਿਆ ਮੇਰੇ ਅੰਦਰ ਜੋ ਸਜਨਾਤਮਕ ਨਦੀ ਸੁੱਕ ਗਈ ਸੀ ਉਹ ਬੜ ਸੇੰਪੀ ਪਹਿਲੀ ਕਹਾਣੀ ਦੋ ਟਾਪੂ ਲਿਖੀ ਜੀ ਉਹ ਕਹਾਣੀ ਦੀ ਇੰਨੀ ਚਰਚਾ ਹੋਈ ਕਿ ਉਹ ਕਹਾਣੀ ਮੇਰੇ ਨਾਂ ਨਾਲ ਜੁੜ ਗਈ ਜਰਨੈਲ ਸਿੰਘ ਕਿਹੜਾ ਦੋ ਟਾਪੂ ਵਾਲਾ ਔਰ ਉਹ ਕਹਾਣੀ ਸਰਜਣਾ ਵੇ ਛਪੀ ਉਹ ਤੋਂ ਬਾਅਦ ਮੈਂ 5 ਕਹਾਣੀਆਂ ਹੋਰ ਲਿਖੀਆਂ ਤਾਂ ਪਹਿਲਾ ਜਾਨੀ ਚੌਥਾ ਕਹਾਣੀ ਸੰਗ੍ਰਹਿ ਕੈਨੇਡਾ ਵਿੱਚ ਪਹਿਲਾ ਕਹਾਣੀ ਸੰਗ੍ਰਹਿ ਦੋ ਟਾਪੂ 1999 ਵਿੱਚ ਛਪਿਆ 2005 ਵਿੱਚ ਦੂਜਾ ਸੰਗ੍ਰਹਿ ਟਾਵਰਸ ਇਹਨਾਂ ਦੋਨਾਂ ਸੰਗ੍ਰਹਾਂ ਵਿੱਚ ਦੋ ਟਾਪੂ ਟਾਵਰਸ ਇਨਾਂ ਦੀਆਂ ਜੋ ਕਹਾਣੀਆਂ ਆ ਮੈਂ ਸਾਰੇ ਵਿਸ਼ੇ ਤਕਰੀਬਨ ਜੋ ਉੱਥੇ ਸਾਡਾ ਪੰਜਾਬੀ ਸਮਾਜ ਹੈ ਉਹ ਸਾਰੇ ਵਿਸ਼ੇ ਜਿਵੇਂ ਕਿ ਕੈਨੇਡਾ ਵਿੱਚ ਪੰਜਾਬੀਆਂ ਦਾ ਸੰਘਰਸ਼ ਆ ਪੀੜੀ ਪਾੜਾ ਰਿਸ਼ਤਿਆਂ ਦੀ ਟੁੱਟ ਭੱਜ ਆ ਸੱਭਿਆਚਾਰਕ ਟਕਰਾਓ ਤਣਾਓ ਰਲੇਵਾ ਅੰਤਰ ਸੱਭਿਆਚਾਰਕ ਸਦੋਕਾਰ ਉਥੋਂ ਦੇ ਜੰਪਾਲ ਜੋ ਟੀਨੇਜਰ ਹੈ ਉਨ੍ਹਾਂ ਦੇ ਬਾਰੇ ਮੈਂ ਉਹ ਸਾਰੇ ਸਬਜੈਕਟ ਇਹਨਾਂ ਦੋਨਾਂ ਕਿਤਾਬਾਂ ਵਿੱਚ ਨਿਭਾਏ ਦੋਨਾਂ ਕਿਤਾਬਾਂ ਵਿੱਚ ਜਾਨੀ ਉਹ ਜਿਹੜੇ ਮਜ਼ਮੂਨ ਸਿਗੇ ਉਹਨਾਂ ਦਾ ਕਲਪੀਕਰਨ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਮੇਰੀ ਕਹਾਣੀਆਂ ਦੀ ਕਿਤਾਬ ਆਈ ਆ ਕਾਲੇ ਵਰਕੇ ਉਹਦੇ ਵਿੱਚ ਚਾਰ ਕਹਾਣੀਆਂ ਜਿਹੜੀਆਂ ਆ ਉਹ ਅੰਤਰਰਾਸ਼ਟਰੀ ਮਸਲਿਆਂ ਬਾਰੇ ਆ ਇੱਥੇ ਮੈਂ ਥੋੜੀ ਜਿਹੀ ਗੱਲ ਕਾਲੇ ਵਰਕੇ ਬਾਰੇ ਕਰਨੀ ਚਾਹੁੰਦਾ ਆ ਕਾਲੇ ਵਰਕੇ ਕਿਤਾਬ ਦੀ ਬਹੁਤ ਚਰਚਾ ਹੋਈ ਔਰ ਜਿਹੜਾ ਸਾਹਿਦ ਤਹਾ ਸਾਹਿਤਾ ਨਾਮ ਹੈ ਵੈਨਕੂਵਰ ਕੈਨੇਡਾ ਵਿੱਚ ਆ ਉਹ ਮੈਨੂੰ 25000 ਡਾਲਰ ਦਾ ਇਨਾਮ ਇਸ ਕਿਤਾਬ ਤੇ ਮਿਲਿਆ ਕਾਲੇ ਵਰਕੇ ਕਾਲੇ ਵਰਕੇ ਜੋ ਟਾਈਟਲ ਕਹਾਣੇ ਆ ਕੈਨੇਡਾ ਤੇ ਅਮਰੀਕਾ ਗੋਰਿਆਂ ਦੇ ਮੁਲਕ ਨਹੀਂ ਹੈ ਇਹ ਅਸਲ ਵਿੱਚ 네ਟਿਵਾਂ ਦੇ ਮੁਲਕ ਹੈ 네ਟਿਵ ਲੋਕ ਇੱਥੇ ਰਹਿੰਦੇ ਸੀ ਪਰ ਗੋਰਿਆਂ ਨੇ ਆ ਕੇ ਉਹਨਾਂ ਦੇ ਨਾਲ ਇੱਕ ਕਿਸਮ ਦਾ ਨਸਲ ਕੁਸ਼ੀ ਵਾਲਾ ਵਿਹਾਰ ਕੀਤਾ ਉਹਨਾਂ ਨੇ ਜਾਣੇ ਇਹ ਕਿ ਆ ਇਸ ਤਰ੍ਹਾਂ ਦਾ ਇਸ ਤਰ੍ਹਾਂ 네ਟਿਵ ਲੋਕਾਂ ਨੂੰ ਉਹਨਾਂ ਨੇ ਆਖਿਆ ਕਿ ਅਸੀਂ ਤੁਹਾਡੇ ਬੱਚਿਆਂ ਨੂੰ ਯੂਰੋਪੀਅਨ ਕਨੇਡੀਅਨ ਸਭਿਆਚਾਰ ਦੇ ਵਿੱਚ ਅਸੀਂ ਢਾਲਾਂਗੇ ਇਹਨਾਂ ਦੀ ਬਿਹਤਰ ਜ਼ਿੰਦਗੀ ਹੋਏਗੀ ਇਹਨਾਂ ਨੂੰ ਅਸੀਂ ਮਤਲਬ ਚੰਗੀ ਪੜ੍ਹਾਈ ਕਰਾਵਾਂਗੇ ਤਾਂ ਤਾਂ ਕਿ ਇਹਨਾਂ ਨੂੰ ਜ਼ਿੰਦਗੀ ਦੀਆਂ ਸਾਰੀਆਂ ਸਹੂਲਤਾਂ ਮਿਲ ਸਕਣ ਸਾਰੇ ਕੈਨੇਡਾ ਵਿੱਚ 130 ਸਕੂਲ ਖੋਲੇ ਗਏ ਤੇ ਉਹਨਾਂ ਸਕੂਲਾਂ ਨੂੰ ਕਹਿੰਦੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਉਹਨਾਂ ਸਕੂਲਾਂ ਵਿੱਚ ਬੱਚੇ 10 ਮਹੀਨੇ ਸਕੂਲਾਂ ਵਿੱਚ ਰਹਿੰਦੇ ਸੀ ਸਿਰਫ 2 ਮਹੀਨੇ ਘਰਾਂ ਵਿੱਚ ਆ ਸਕਦੇ ਸੀ ਪਰ ਉਹਨਾਂ ਸਕੂਲਾਂ ਵਿੱਚ ਡਿਸਪੀਨ ਜਿਹੜਾ ਸੀ ਬਹੁਤ ਸਖਤ ਸੀ। ਨੇਟਵਾਂ ਦੀ ਆਪਣੀ ਭਾਸ਼ਾ ਹੈ, ਆਪਣਾ ਸੱਭਿਆਚਾਰ ਹੈ ਔਰ ਆਪਣੇ ਉਹਨਾਂ ਦੇ ਰਸਮ ਰਿਵਾਜ ਹੈ। ਪਰ ਉਹ ਆਪਣੀ ਭਾਸ਼ਾ ਵਿੱਚ ਗੱਲ ਨਹੀਂ ਸੀ ਕਰ ਸਕਦੇ। ਆਪਸ ਵਿੱਚ ਵੀ ਉਹਨਾਂ ਨੂੰ ਅੰਗਰੇਜ਼ੀ ਵਿੱਚ ਗੱਲ ਕਰਨੀ ਪੈਂਦੀ ਸੀ ਉਹਨਾਂ ਬੱਚਿਆਂ ਨੂੰ। ਔਰ ਆਪਣੇ ਉਹ ਸੱਭਿਆਚਾਰ ਬਾਰੇ ਜਾਂ ਹੋਰ ਕੁਝ ਵੀ ਇਹੋ ਇਸ ਤਰ੍ਹਾਂ ਦੇ ਫੰਕਸ਼ਨ ਇਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਸੀ ਕਰ ਸਕਦੇ। ਛੋਟੀਆਂ-ਛੋਟੀਆਂ ਗਲਤੀਆਂ ਕਾਰਨ ਤੇ ਉਹਨਾਂ ਨੂੰ ਕੁੱਟਿਆ ਜਾਂਦਾ ਸੀ ਬੈਂਤਾ ਨਾਲ ਕੁੱਟਿਆ ਜਾਂਦਾ ਸੀ ਠੁੱਡੇ ਮਾਰੇ ਜਾਂਦੇ ਸੀ ਉਹਨਾਂ ਦੇ ਔਰ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਮਤਲਬ ਕੋਈ ਥੋੜੀ ਜਿਹੀ ਵੱਡੀ ਗਲਤੀ ਕਰਦਾ ਸੀ ਤਾਂ ਉਹਦੀ ਖਰਾਕ ਘਟਾ ਦਿੱਤੀ ਜਾਂਦੀ ਸੀ ਔਰ ਉਹਨਾਂ ਨੂੰ ਇੰਨਾ ਕੁੱਟਿਆ ਜਾਂਦਾ ਸੀ ਕਿ ਬੱਚੇ ਰਾਤ ਨੂੰ ਬੜਾ ਬੜਾ ਉੱਠਦੇ ਸਕੇ ਬਹੁਤ ਯਾਨੀ ਅਤਿਆਚਾਰ ਕੀਤਾ ਉਹਨਾਂ ਬੱਚਿਆਂ ਤੇ ਇਥੇ ਹੀ ਵਸਨੇ ਉਹਨਾਂ ਨੇ ਫਿਰ ਏਜੰਸੀ ਸੋਚਨ ਕੀਤਾ ਮੁੰਡਿਆਂ ਦੇ ਨਾਲ ਵੱਧ ਫੈਲੀਆਂ ਕੀਤੀਆਂ ਔਰ ਕੁੜੀਆਂ ਦਾ ਏਜੰਸੀ ਸੋਚਨ ਕੀਤਾ ਤਾਂ ਇਹ ਸਾਰਾ ਕੁਝ ਮੈਂ ਜਾਨੀ ਇਹ ਸਬਜੈਕਟ ਮੇਰੇ ਮਨ ਤੇ ਬਹੁਤ ਚਿਰ ਤੋਂ ਘੁੰਮ ਰਿਹਾ ਸੀ ਕਿ ਮੈਂ ਇਹਨਾਂ ਲੋਕਾਂ ਬਾਰੇ ਲਿਖਾਂ ਨੇ ਟੂ ਲੋਕਾਂ ਬਾਰੇ ਤਾਂ ਪਰ ਉਹ ਉਨਾ ਦਾ ਇਤਿਹਾਸ ਜਿਹੜਾ ਹੈ ਬੜਾ ਖਿਲਰ ਗਿਆ ਗਿਆ ਯਾਨੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿਹੜੇ ਚੈਪਟਰ ਨੂੰ ਲਵਾਂ ਮੇਰੀ ਇੱਕ ਰਿਸ਼ਤੇਦਾਰ ਲੜਕੀ ਆ ਉਹ ਨੀਟਵਾ ਦੇ ਨਾਲ ਕਾਉਂਸਲਿੰਗ ਦੀ ਜੌਬ ਕਰਦੀ ਆ ਮੈਂ ਉਹਨੂੰ ਕਿਹਾ ਭਈ ਮੈਨੂੰ ਦੱਸੋ ਕਿਹੜਾ ਸਬਜੈਕਟ ਮੈਂ ਚੁਣਾਂ ਤਾਂ ਉਹਨੇ ਕਿਹਾ ਭਈ ਤੁਸੀਂ ਇੰਡੀਆ ਰੈ residențial ਸਕੂਲ ਵਾਰਾ ਇਹਦੇ ਬਾਰੇ ਜਾਣਕਾਰੀ ਲਗੋ ਇਹ ਤੇ ਮੈਨੂੰ ਦੱਸਣਾ ਚਾਹਣਾ ਆਂਦਾ ਕਿ ਕੈਨੇਡਾ ਦਾ ਜੋ ਲਾਇਬ੍ਰੇਰੀਆਂ ਦਾ ਸਿਸਟਮ ਹੈ ਬਹੁਤ ਵਧੀਆ ਹੈ ਤੁਸੀਂ ਕਿਸੇ ਵੀ ਸਬਜੈਕਟ ਬਾਰੇ ਜੇ ਕਿਤਾਬ ਮੰਗਦੇ ਆਂ ਤਾਂ ਉਹ ਲਾਇਬ੍ਰੇਰੀਅਨ ਜਿਹੜੇ ਆ ਉਹ ਤੁਹਾਨੂੰ ਕੰਪਿਊਟਰ ਵਿੱਚੋਂ ਸਾਰੀਆਂ ਕਿਤਾਬਾਂ ਦੀ ਲਿਸਟ ਕੱਢ ਕੇ ਦੇ ਦਿੰਦੇ ਆ ਉਹ ਤੁਹਾਨੂੰ ਦੱਸਣਗੇ ਫਲਾਣੇ ਰੈਕ ਦੇ ਵਿੱਚ ਫਲਾਣੀ ਜਗ੍ਹਾ ਕਿਤਾਬ ਲਈ ਹੈ ਜੇ ਤੁਸੀਂ ਆਖੋ ਤਾਂ ਉਹ ਤੁਹਾਨੂੰ ਕਿਤਾਬਾਂ ਕੱਢ ਕੇ ਵੀ ਲੈ ਜਾਂਦੇ ਆ ਸੋ ਮੈਂ ਉਹ ਇੰਡੀਅਨ ਰੈ residențial ਸਕੂਲਾਂ ਬਾਰੇ ਸਾਰਾ ਕੁਝ ਪੜਿਆ ਤਾਂ ਮੈਨੂੰ ਉਹ ਜਾਣਕਾਰੀ ਤਾਂ ਹੋ ਗਈ ਪਰ ਗੱਲ ਇਹ ਸੀ ਕਿ ਉਸ ਸਬਜੈਕਟ ਨੂੰ ਗਲਪ ਦੇ ਕਿਵੇਂ ਵਿੱਚ ਕਿਵੇਂ ਢਾਲਣਾ ਕਹਾਣੀ ਵਿੱਚ ਕਿਵੇਂ ਢਾਲਣਾ ਇਹ ਮੇਰੇ ਵਾਸਤੇ ਇੱਕ ਚੈਲੰਜ ਸੀ ਚੁਣੌਤੀ ਸੀ ਤਾਂ ਮੈਂ ਮਤਲਬ ਉੱਥੇ ਜਿਹੜੇ ਸਾਡੇ ਲਾਗੇ ਟ੍ਰਾਂਟੋ ਦੇ ਲਾਗੇ ਨੇਟਿਵ ਇੱਕ ਫੈਮਿਲੀ ਸੀਗੀ ਪਰਿਵਾਰ ਸੀਗਾ ਮੈਂ ਉਧਰ ਗਿਆ ਵੀ ਪਰ ਉਹਨਾਂ ਨੇ ਮੈਨੂੰ ਖੁੱਲਕੇ ਕੋਈ ਗੱਲ ਨਾ ਦੱਸੀ ਜਾਣੀ ਮੈਂ ਉਹ ਜਿਹਦਾ ਜੋ ਮੈਨੂੰ ਮੈਂ ਜਾਣਨਾ ਚਾਹੁੰਦਾ ਸੀਗਾ ਆ ਉਹ ਨਹੀਂ ਮੈਂ ਪ੍ਰਾਪਤ ਕਰ ਸਕਿਆ ਮੈਂ ਚਾਹੁੰਦਾ ਸਾਂ ਵੀ ਕੋਈ ਉਸ ਉਹਨਾਂ ਸਕੂਲਾਂ ਦਾ ਸਾਬਕਾ ਵਿਦਿਆਰਥੀ ਮੈਨੂੰ ਮਿਲੇ ਔਰ ਜਦੋਂ ਉਹ ਆਪਣਾ ਸਾਰਾ ਦੁੱਖ ਮੈਨੂੰ ਦੱਸ ਰਿਹਾ ਹੋਵੇ ਉਹਦੇ ਨਾਲ ਜੋ ਕੁਝ ਵਾਪਰਿਆ ਦੱਸ ਰਿਹਾ ਹੋਵੇ ਤਾਂ ਉਹਦੇ ਚਿਹਰੇ ਦੇ ਮਿਹਾਵ ਭਾਵ ਦੇਖਣਾ ਚਾਹੁੰਦਾ ਸੀ ਮੈਂ ਫਿਰ ਆਪਣੀ ਉਸੇ ਰਿਸ਼ਤੇਦਾਰ ਲੜਕੀ ਨੂੰ ਕਿਹਾ ਭਈ ਇਹ ਸਮੱਸਿਆ ਮੈਨੂੰ ਕਿਸੇ ਨੰਦ ਸਾਬਕਾ ਸਟੂਡੈਂਟ ਨਾਲ ਮਿਲਾਓ ਤਾਂ ਉਹ ਪਹਿਲਾਂ ਟਰਟੋ ਸੀਗੀ ਫਿਰ ਹੁਕੈਮਲੂਫ ਚੱਲੇ ਗਈ ਕਨੈਡਾ ਦੇ ਸ਼ਾਇਦ ਜਿਹੜਾ ਜਿਹੜਾ ਨਾ ਸੂਬਾ BC ਆ ਬ੍ਰਿਟਿਸ਼ ਕੋਲੰਬੀਆ ਯਾਨੀ ਵੈਨਕੂਵਰ ਸਾਈਡ ਤੇ ਉੱਥੇ ਕਾਮਲੂਫਸ ਸੀ ਉਹ ਕਾਮਲੂਫਸ ਇਹ ਨੇਟਿਵ ਲੋਕਾਂ ਨਾਲ ਬਹੁਤ ਜ਼ਿਆਦਾ ਜਾਣੀ ਵੱਧ ਫੈਲੀਆਂ ਤੇ ਜੈਂਸੀ ਸੈਸ਼ਨ ਹੋਏ ਉਹ ਕਹਿੰਦੇ ਅੰਕਲ ਤੁਸੀਂ ਇੱਥੇ ਆਓ ਕਿਤੇ ਪ੍ਰੋਗਰਾਮ ਬਣਾਓ ਤਾਂ ਮੈਂ ਤੁਹਾਨੂੰ ਮਿਲਾਵਾਂਗੀ ਉਹ ਵੀ ਉਹ ਸਾਡੀ ਰਿਸ਼ਤੇਦਾਰ ਲੜਕੀ ਮੈਂ ਉਹਦਾ ਨਾਮ ਵੀ ਲੈਣਾ ਚਾਹੁੰਦਾ ਪਿੱਕੂ ਮਲਤਾਨੀ ਉਹਦਾ ਨਾਮ ਆ ਤਾਂ ਉਹਨੇ ਪਹਿਲਾਂ ਇੱਕ ਪਰਿਵਾਰ ਦੇ ਨਾਲ ਗੱਲ ਕੀਤੀ ਸੀ ਉਹ ਮੈਨੂੰ ਲੈ ਕੇ ਗਈ ਤਾਂ ਉਥੇ ਇੱਕ ਨਾ ਹ ਟਿਮ ਹਾਟਨ ਕਾਫੀ ਬੜੀ ਮਸ਼ਹੂਰ ਚੇਨ ਹੈ ਤਾਂ ਜਾਣ ਲੱਗਿਆ ਉਹਨੇ ਪਿੱਕੂ ਨੇ ਟਿਮ ਹਾਟਨ ਤੋਂ ਕੁਝ ਖਾਣ ਲਈ ਲੈ ਲਿਆ ਕਾਫੀ ਵਗੈਰਾ ਲੈ ਲੇ ਅਸੀਂ ਉਹਦੇ ਕੋਲ ਗਏ ਉਹ ਤੇ ਕਰੀਮ 54 ਸਾਲ ਦਾ ਨੇਟਿਵ ਸੀਗਾ ਜਦੋਂ ਉਹ ਦੱਸਣ ਲੱਗਾ ਉਹਦੇ ਨਾਲ ਕਿਵੇਂ ਕਿਵੇਂ ਉਹਦੇ ਨਾਲ ਕਹਤ ਬੇਬਦ ਫੈਲੀ ਹੋਈ ਸੀ ਉਹਨੇ ਕੁੱਟਿਆ ਗਿਆ ਸੀਗਾ ਬਹੁਤ ਬੁਰੀ ਤਰ੍ਹਾਂ ਔਰ ਉਹਦਾ ਇੱਕ ਭਰਾ ਸੀਗਾ ਉਹ ਕੁੱਟ ਤੋਂ ਡਰਦਾ ਸਕੂਲੋਂ ਭੱਜ ਗਿਆ ਪੁਲਿਸ ਫਿਰ ਉਹਨੂੰ ਸਕੂਲੋਂ ਤੋਂ ਘਰ ਤੋਂ ਵਾਪਸ ਲੈ ਕੇ ਆਈ ਔਰ ਉਹ ਉਹਦੀ ਲੱਤਾਂ ਵੀ ਉਹ ਉਹਦੀ ਖਾਣਾ ਘਟਾ ਦਿੱਤੀ ਦੀ ਅੱਧੀ ਖਾਣਾ ਕਰ ਦਿੱਤੀ ਖੈਰ ਹੋ ਜਦੋਂ ਇਹਨਾਂ ਸਾਲਾ ਕੋਈ ਦੱਸਿਆ ਉਹਦੀ ਕੈਮ ਸੀਗੀ ਉਹਦੇ ਨਾਲ ਉਹ ਪ੍ਰਿੰਸੀਪਲ ਨੇ ਉਹਦੇ ਨਾਲ ਜਾਨੀ ਇਸ ਤਰ੍ਹਾਂ ਗਲਤ ਵਿਹਾਰ ਕੀਤਾ ਹੈ ਜੈਸੀ ਸੋਚਨ ਕੀਤਾ ਪਰ ਉਹਨੇ ਫਿਰ ਦੱਸਿਆ ਵੀ ਅਸੀਂ ਇੰਨੇ ਡਾਵਾ ਡੋਲ ਹੋ ਗਏ ਆ ਉਸ ਪਰਿਵਾਰ ਵਿੱਚੋਂ ਮੈਂ ਸਾਰੇ ਨੇਟਿਵ ਲੋਕਾਂ ਦਾ ਜੋੜਾ ਅਕਸ ਹੈਗਾ ਸਾਰੇ ਨੇਟਿਵ ਲੋਕਾਂ ਦੀ ਜਿਹੜੀ ਹੋਣੀ ਸੀ ਮੈਂ ਮਹਿਸੂਸ ਕਰ ਸਕਦਾ ਸੀ ਉਹਨੇ ਦੱਸਿਆ ਵੀ ਮੈਂ ਜਾਨੀ ਮੇਰਾ ਵਿਆਹ ਵੀ ਹੋਇਆ ਪਰ ਮੈਂ ਉਹ ਠੀਕ ਤਰ੍ਹਾਂ ਮੇਰੀ ਜਿਹੜੀ ਵਿਆਹ ਵਿਆਹ ਵਿਵਹਤ ਜ਼ਿੰਦਗੀ ਸੀ ਵਿਵਤਾ ਜ਼ਿੰਦਗੀ ਸੀ ਉਹ ਕਾਮਯਾਬ ਨਹੀਂ ਹੋ ਚੁੱਕੀ ਉਹਦੇ ਕੁੜਜਨ ਜਿਹੜੀ ਸੀਗੀ ਉਹਦਾ ਦੋ ਵਾਰੀ ਵਿਆਹ ਹੋਇਆ ਪਰ ਉਹ ਜਿਹੜਾ ਉਹਦੇ ਨਾਲ ਵਿਹਾਰ ਹੋਇਆ ਸੀਗਾ ਜਿਹੜਾ ਉਹਦੇ ਨਾਲ ਗਲਤ ਮਤਲਬ ਜੋ ਵੀ ਹੋਇਆ ਸੀਗਾ ਉਹ ਸੰਭਲ ਨਹੀਂ ਸਕੇ ਔਰ ਆਖਿਰਕਾਰ ਉਹਨੇ ਆਤਮ ਹੱਤਿਆ ਕਰ ਲਈ ਬਹੁਤ ਸਾਰੇ ਵਿਦਿਆਰਥੀਆਂ ਕੁੜੀਆਂ ਨੇ ਆਤਮ ਹੱਤਿਆ ਕੀਤੀ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਖਾਸ ਕਰਕੇ ਜਿਹੜੇ ਉਹਨਾਂ ਦੇ ਮਾਪੇ ਸੀਗੇ ਉਹ ਉਹ ਅੰਗਰੇਜ਼ੀ ਨਹੀਂ ਜਾਣਦੇ ਸੀ ਸਕੂਲ ਵਾਲੇ ਜਾਣੀ ਇਹ ਗੋਰੇ ਲੋਕ ਜਿਹੜੇ ਸੀਗੇ ਉਸ ਤਰ੍ਹਾਂ ਦਾ ਜਿਹੜੇ ਗੋਰੇ ਵਸਤੀਵਾਦੀ ਸੀਗੇ ਉਹਨਾਂ ਨੂੰ ਗਰੀਦੀ ਵਿੱਚ ਚਿੱਠੀਆਂ ਲਿਖਦੇ ਸੀ ਮਾਪਿਆਂ ਦੇ ਮਨ ਵਿੱਚ ਇਹ ਸੀ ਵੀ ਚਲੋ ਸਾਡੇ ਬੱਚੇ ਪੜ ਜਾਣਗੇ ਇਹਨਾਂ ਦੀ ਜ਼ਿੰਦਗੀ ਬਿਹਤਰ ਹੋ ਜਾਏਗੀ ਤਾਂ ਪਰ ਹੋ ਜਾਣੀ ਬਹੁਤ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਅਣਮਨੁੱਖੀ ਵਿਹਾਰ ਇਹਨੂੰ ਤੁਸੀਂ ਜੈਨੋਸਾਈਡ ਵੀ ਕਹਿ ਸਕਦੇ ਆ ਨਸਲਕੁਸ਼ੀ ਵੀ ਕਹਿ ਸਕਦੇ ਆ ਤਾਂ ਜਦੋਂ ਉਹ ਸਾਰਾ ਕੁਝ ਦੱਸ ਦਿਆ ਸੀ ਤਾਂ ਮੈਂ ਉਹਦੇ ਚਿਹਰੇ ਦੇ ਜਿਹੜੇ ਹਾਵ ਭਾਵ ਸੀ ਜਿਹੜੇ ਅੰਦਰਲੇ ਜਿਹੜਾ ਉਹਦਾ ਦੁੱਖ ਸੀ ਤਕਲੀਫ ਸੀ ਜਿਹੜਾ ਉਹਦੇ ਨਾਲ ਕਹਿਰ ਵਾਪਰਿਆ ਸੀ ਉਹ ਮੈਂ ਉਹਦੇ ਚਿਹਰੇ ਤੇ ਪ੍ਰਭਾਵ ਦੇਖ ਸਕਦਾ ਸੀ ਤਾਂ ਮੈਨੂੰ ਲੱਗਾ ਕਿ ਮੈਂ ਹੁਣ ਕਹਾਣੀ ਇਹ ਲਿਖ ਸਕਾਂਗਾ ਉਹ ਫਿਰ ਮੈਂ ਜਦੋਂ ਸਾਰਾ ਕੁਝ ਲੈ ਕੇ ਆਇਆ ਤਾਂ ਉਹ ਜਿਹੜਾ ਨੈਟਿਵ ਸੀਗਾ ਉਹ ਕਹਾਣੀ ਦੇ ਵਿੱਚ ਮੁੱਖ ਪਾਤਰ ਕਾਲੇ ਵਰਕ ਦੀ ਕਹਾਣੀ ਵਿੱਚ ਔਰ ਉਹਦੇ ਜਿਹੜੀ ਕਹੇ ਨਾ ਉਹਦੀ ਸਗੀ ਭੈਣ ਆ ਤੇ ਕਹਾਣੀ ਵਿੱਚ ਉਹ ਉਹ ਲੜਕੀ ਦੀ ਹੱਤ ਉਹ ਹੱਤ ਹੱਤਿਆ ਕਰਦੀ ਹੈ ਤੇ ਇਸ ਤਰ੍ਹਾਂ ਆ ਯਾਨੀ ਜਿਹੜੀਆਂ ਮੈਂ ਹੋਰ ਵੀ ਕਹਾਣੀਆਂ ਦਸੀਆਂ ਅੰਤਰਰਾਸ਼ਟਰੀ ਮਸਲਿਆਂ ਬਾਰੇ ਜਾਂ ਕਿੱਦਾਂ ਆ ਯਾਨੀ ਕੁਲਵੀਰ ਗੋਜਰਾ ਹੁਣ ਦੱਸਿਆ ਸੀ ਕਿ ਕਹਿ ਸੀਗਾ ਮੈਨੂੰ ਵੀ ਤੁਸੀਂ ਦੱਸਿਓ ਕਿਵੇਂ ਕਹਾਣੀ ਜਿੱਦਾਂ ਮੈਂ ਹੁਣ ਜਿਹੜੀਆਂ ਅੰਤਰਰਾਸ਼ਟਰੀ ਜਾਂ ਵਿਸ਼ਵੀ ਸਰਵਰਕਾਰਾਂ ਵਾਲੀਆਂ ਕਹਾਣੀਆਂ ਆ ਪਹਿਲਾਂ ਤਾਂ ਮੇਰੀ ਮੈਂ ਕਹਾਂਗਾ ਵੀ ਮੇਰੇ ਲਿਖਣ ਦੀ ਦੋ ਸਟੇਜਾਂ ਆ ਨਾ ਕਹਾਣੀਆਂ ਇਸ ਕਿਸਮ ਦੀਆਂ ਕਹਾਣੀਆਂ ਦੀ ਪਹਿਲੀ ਸਟੇਜ ਇਹ ਆ ਜਦੋਂ ਮੈਂ ਉਸ ਕਹਾਣੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦਾ ਮੈਂ ਨੋਟਸ ਵੀ ਲੈਂਦਾ ਤਾਂ ਫੜੀ ਕੀਤਾ ਉਸ ਸਬਜੈਕਟ ਦੇ ਨਾਲ ਜੇ ਮੈਨੂੰ ਕੋਈ ਮਿਲਦਾ ਹੈ ਕੋਈ ਜ਼ਿਆਦਾ ਜਾਣਕਾਰੀ ਲੈਣ ਵਾਲਾ ਕੋਈ ਬਗੋਰਾ ਹੋਵੇ ਆਪਣਾ ਬੰਦਾ ਹੋਵੇ ਮੈਂ ਉਹਦੇ ਨਾਲ ਵੀ ਸਾਰੇ ਵਿਚਾਰ ਪਟਾੰਦਰਾ ਕਰਦਾ ਜਾਨੀ ਜਿੰਨਾ ਚੱਕਰ ਮੈਨੂੰ ਭਰਪੂਰ ਜਾਣਕਾਰੀ ਨਹੀਂ ਹੋ ਜਾਂਦੀ ਉਸ ਸਬਜੈਕਟ ਦੇ ਬਾਰੇ ਮੈਂ ਉਸ ਬਾਰੇ ਮਤਲਬ ਲਿਖਣਾ ਦਾ ਕੋਈ ਦਾ ਸੋਚਦਾ ਵੀ ਨਹੀਂ ਪਰ ਮੇਰੀ ਪਹਿਲੀ ਜਾਨੀ ਕੋਸ਼ਿਸ਼ ਇਹ ਹੁੰਦੀ ਵੀ ਸਾਰਾ ਸਬਜੈਕਟ ਬਾਰੇ ਮੈਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਫਿਰ ਉਦੋਂ ਜਦੋਂ ਮੈਨੂੰ ਸਾਰੀ ਜਾਣਕਾਰੀ ਮਿਲ ਜਾਂਦੀ ਆ ਫਿਰ ਉਹ ਦੇ ਗਲਪੀ ਕਰਨ ਵਾਲੇ ਉਹਨੂੰ ਕਹਾਣੀ ਲਿਖਣ ਵਾਲੇ ਫਿਰ ਮੈਂ ਆਰੰਭ ਕਰਦਾ ਇੱਕ ਮੈਂ ਦੱਸਣਾ ਚਾਹਣਾ ਵੀ ਜਦੋਂ ਮੇਰੇ ਇਹ ਤਾਂ ਮੇਰਾ ਜੀਵਨ ਸੀ ਜ ਕਹਾਣੀਆਂ ਬਾਰੇ ਆ ਕੁਝ ਮੈਂ ਦੱਸਣਾ ਚਾਹਣਾ ਵੀ ਕੈਨੇਡਾ ਵਿੱਚ ਚੇਂਜਸ ਕੀ ਆਈਆਂ ਮੈਂ 88 ਵਿੱਚ ਗਿਆ ਸੀ ਉੱਥੇ ਤੇ ਹੁਣ ਤਕਰੀਬਨ 34 ਸਾਲ ਹੋ ਗਏ ਜਦੋਂ ਮੈਂ ਗਿਆ ਉਸ ਵੇਲੇ ਕੈਨੇਡਾ ਵਿੱਚ ਕ੍ਰਾਈਮ ਨਹੀਂ ਸੀ ਉਸ ਵੇਲੇ ਕੈਨੇਡਾ ਵਿੱਚ ਸਾਡੇ ਜਿਹੜੇ ਲੋਕ ਸੀਗੇ ਉਹ ਆਮ ਤੌਰ ਤੇ ਫਾਰਮਾਂ ਵਿੱਚ ਕੰਮ ਕਰਦੇ ਸੀ ਜਾਂ ਉਹ ਫੈਕਟਰੀਆਂ ਵਿੱਚ ਕੰਮ ਕਰਦੇ ਸੀ ਜਾਂ ਕਿ ਟੈਕਸੀਆਂ ਚਲਾਉਂਦੇ ਸੀਗੇ ਔਰ ਉਸ ਵੇਲੇ 34 35 ਸਾਲ ਪਹਿਲਾਂ ਵਲ ਕੇ 40 ਸਾਲ ਪਹਿਲਾਂ ਆ ਲੋਕੀ ਜਾਣੇ ਸਾਡੇ ਲੋਕੀ ਕਦੀ ਸੋਚਿਆ ਵੀ ਨਹੀਂ ਸੀਗਾ ਪਏ ਅਸੀਂ ਹੌਲੀਡੇ ਤੇ ਜਾਵਾਂਗੇ ਜਾਨੀ ਕੋਸ਼ਿਸ਼ ਇਹ ਸੀ ਕਿ ਆਪਣੇ ਪੈਰ ਬੰਨੀਏ ਵੱਧ ਤੋਂ ਵੱਧ ਕਮਾਈ ਕਰਕੇ ਘਰ ਲੈ ਲਈਏ ਤਾਂ ਸਥਾਪਿਤ ਹੋ ਜਾਈਏ ਤੇ ਹੁਣ ਇਹ ਹਾਲਤ ਹੈ ਜਾਨੀ ਇਸ ਵੇਲੇ ਹੁਣ ਤੱਕ ਜਾਨੀ ਜੋ ਹੁਣ ਹੈ ਜਿਹੜੀ ਸਾਡੀ ਉਥੋਂ ਦੀ ਦੰਪਲ ਪੀੜੀ ਆ ਉਹ ਉਥੋਂ ਦੀ ਪੁਲਿਸ ਵਿੱਚ ਉਥੋਂ ਉਥੋਂ ਦੀ ਫੌਜ ਵਿੱਚ ਸਟੋਰਾਂ ਵਿੱਚ ਬੈਂਕਾਂ ਵਿੱਚ ਸਰਕਾਰੀ ਯਾਦ ਸਰਕਾਰੀ ਦਫ਼ਤਰਾਂ ਦੇ ਵਿੱਚ ਚੰਗੀਆਂ ਜੌਬਾਂ ਤੇ ਆ ਬੱਚੇ ਜਾਣੀ ਹੁਣ ਇਹ ਚੇਂਜ ਆਈ ਹੈ ਸਾਡੇ ਬੱਚੇ ਸੋਹਣੀਆਂ ਜੌਬਾਂ ਕਰ ਰਹੇ ਆ ਔਰ ਉਸ ਵੇਲੇ ਜਾਣੀ ਇਹ ਹੁੰਦਾ ਸੀ ਭਈ ਰੈਸਟੋਰੈਂਟਸ ਸਿੱਗੇ ਤੇ ਬਾਹਰ ਜਾ ਕੇ ਆਮ ਤੌਰ ਤੇ ਜੇਬ ਵੱਲਾਂ ਖਿਆਲ ਕਰੀਦਾ ਕਾ ਕੋਈ ਬੱਚਾ ਜ਼ਿਆਦਾ ਹੋ ਜਾਣਾ ਹੁਣ ਸਾਡੇ ਲੋਕ ਰੈਸਟੋਰੈਂਟਾਂ ਵਿੱਚ ਵੀਕੈਂਡਾਂ ਤੇ ਜਾ ਕੇ ਖਾਣਾ ਖਾਂਦੇ ਆ ਤੇ ਹੌਲੀਡੇ ਤੇ ਵੀ ਜਨਾ ਹੁਣ ਸਾਡੇ ਸਾਡੇ ਅਗਲੀ ਜਿਹੜੀ ਪੀੜ੍ਹੀ ਆ ਅਗਲੀ ਤੋਂ ਅਗਲੀ ਜਿਹੜੀ ਉਹ ਤਾਂ ਮੈਂ ਦੱਸਦਾ ਨਾ ਬੱਚੇ ਜਿਹੜੇ ਆ ਤਾਂ ਉਹ ਹੌਲੀਡੇ ਕਰਨ ਜਾਂਦੇ ਆ ਫਿਰ ਜਿਵੇਂ ਹੁਣ ਕ੍ਰਿਸਮਸ ਪਹਿਲਾਂ ਕ੍ਰਿਸਮਸ ਤੇ ਨਾਲ ਸਾਡਾ ਕੋਈ ਅਸੀ ਸੋਚਦੇ ਸਾਡਾ ਕੋ ਖਾਸ ਸਬੰਧ ਨਹੀਂ ਹੈ ਹੁਣ ਕ੍ਰਿਸਮਸ ਤੇ ਸਾਡੇ ਲੋਕ ਵੀ ਇਕੱਠੇ ਬੈਠ ਕੇ ਪਾਰਟੀਆਂ ਕਰਦੇ ਆ ਘਰਾਂ ਵਿੱਚ ਕ੍ਰਿਸਮਟ ਟਰੀ ਲਾਉਂਦੇ ਆ ਔਰ ਜਦੋਂ ਮਾੜੀ ਗੱਲ ਹੋਈ ਆ ਕਿ ਕ੍ਰਾਈਮ ਵੀ ਕਾਫੀ ਹੋ ਗਿਆ ਸਾਡੇ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਪਹਿਲਾਂ ਸਾਡੀ ਕਮਿਊਨਿਟੀ ਦਾ ਇਮੇਜ ਬਹੁਤ ਵਧੀਆ ਸੀ ਉਹ ਹੁਣ ਉਹ ਇਮੇਜ ਤੇ ਦਾਗ ਲੱਗ ਰਹੇ ਆ ਸਾਡੇ ਵਿੱਚੋਂ ਹੀ ਕੁਝ ਇਸ ਤਰ੍ਹਾਂ ਦੇ ਲੋਕ ਐ ਜਿਹੜੇ ਡਰੱਗ ਦੇ ਵਿੱਚ ਧੰਦਾ ਕਰਨ ਲੱਪੇ ਫੜੇ ਗਏ ਆ ਕੁਝ ਹੋਇਰਾ ਫੇਰੀਆਂ ਕਰਨ ਲੱਪੇ ਆ ਕਤਲ ਦੇ ਕੇਸ ਤੁਸੀਂ ਪੜਦੇ ਆ ਸਾਰਾ ਕੁਝ ਪਰ ਇਹਨਾਂ ਜਦੋਂ ਹੁਣ ਵਿਦਿਆਰਥੀ ਬਹੁਤ ਗਏ ਆ ਤਾਂ ਕੁਦਰਤੀ ਗੱਲ ਹੈ ਜਦੋਂ ਕਿਸੇ ਵੀ ਭਾਈਚਾਰੇ ਦੀ ਗਿਣਤੀ ਵਧਦੀ ਹੈ ਤਾਂ ਕੁਝ ਬਾੜੇ ਲੋਕ ਵੀ ਚਲੇ ਜਾਂਦੇ ਆ ਪਰ ਇੱਕ ਚੰਗੀ ਗੱਲ ਇਹ ਆ ਮੈਂ ਇਹ ਕਹਿ ਸਕਦਾ ਕਿ ਸਾਡੀ ਗਿਣਤੀ ਵਧੀ ਹੈ ਪੰਜਾਬੀਆਂ ਦੀ ਗਿਣਤੀ ਵਧੀ ਹੈ ਪੰਜਾਬੀ ਭਾਸ਼ਾ ਦਾ ਤੀਜਾ ਸਥਾਨ ਹੈ ਉੱਤੇ ਔਰ ਉੱਥੋਂ ਦੀ ਪਾਰਲੀਮੈਂਟ ਵਿੱਚ ਜਿਹੜੇ ਭਾਰਤੀ ਮੂਲ ਦੇ ਪੰਜਾਬੀ ਮੂਲ ਦੇ ਤਕਰੀਬਨ ਉਨੇ ਮੈਂਬਰ ਆਫ ਪਾਰਲੀਮੈਂਟ ਔਰ ਕੁਝ ਮਨਿਸਟਰਾਂ ਦੀਆਂ ਪੋਸਟਾਂ ਤੇ ਵੀ ਆ ਅ ਫਿਰ ਜਿਹੜੀ ਚੇਂਜ ਦੀ ਗੱਲ ਕਰ ਰਿਹਾ ਸੀ ਮੈਂ ਸਾਡੇ ਹੁਣ ਕੁਝ ਬੱਚੇ ਗੋਰੇ ਪਰਿਵਾਰਾਂ ਵਿੱਚ ਵਿਆਹ ਸ਼ਾਦੀਆਂ ਕਰਨ ਲੱਗ ਪਏ ਆ ਜਣੀ ਇੱਕ ਅਨਕੂਲੀਕਰਨ ਹੋ ਰਿਹਾ ਕਿ ਜੇਸ਼ ਸੱਭਿਆਚਾਰ ਤੋਂ ਅਸੀਂ ਵਿਥ ਬਣਾਈ ਹੋਈ ਸੀ ਉਹ ਸੱਭਿਆਚਾਰ ਦਾ ਸਾਡੇ ਤੇ ਅਸਰ ਪੈ ਰਿਹਾ ਸਾਡੇ ਜੋ ਵੋਟ ਪ੍ਰਣਾਲੀ ਹੈ ਕੰਮ ਕਾਜਾਂ ਜੜ ਸਾਡਾ ਜੀਵਨ ਵਿਹਾਰ ਹੈ ਅਸੀਂ ਉਸ ਮੁਲਕ ਦੀ ਜਿਹੜੀ ਸਮਾਜਿਕ ਬਣਤਰ ਹੈ ਉਹਨੂੰ ਪ੍ਰਭਾਵਿਤ ਕੀਤਾ ਤੇ ਉਹ ਵੀ ਮਨੋ ਦਾ ਹੁਣ ਜਿਹੜੇ ਗੋਰੇ ਲੋਕ ਹੈ ਉਹ ਪੰਜਾਬੀ ਖਾਣੇ ਪਸੰਦ ਕਰਦੇ ਆ ਉਹ ਪੰਜਾਬੀ ਰੈਸਟੋਰੈਂਟਾਂ ਵਿੱਚ ਆਉਂਦੇ ਆ ਉਹ ਤੋਂ ਸਪੈਸ਼ਲੀ ਜਾਨੀ ਉਹਨਾਂ ਨੂੰ ਕਹਿੰਦੇ ਭਈ ਚੇਂਜ ਵਾਸਤੇ ਸਾਡੇ ਹੁਣ ਜਿਹੜੇ ਲੋਕ ਆ ਉਹ ਪੀਜ਼ਾ ਬਣਾਉਂਦੇ ਆ ਪਾਸਤਾ ਖਾਂਦੇ ਆ ਸਭੇ ਖਾਂਦੇ ਆ ਸਾਰੇ ਕੁਝ ਜਾਣੇ ਜਿਹੜਾ ਜਿਹੜਾ ਖਾਣ ਪੀਣ ਦਾ ਆ ਜਾਂ ਜਿਹੜੀ ਭੋਜਨ ਜਿਹੜਾ ਭੋਜਨ ਹੈ ਉਹ ਵੀ ਹੁਣ ਗੋਰੇ ਸਾਡੇ ਵਾਲੇ ਭੋਜਨ ਵਾਲ ਨੂੰ ਥੋੜਾ ਇੰਟਰਸਟ ਰੱਖਣ ਲੱਪ ਪਿਆ ਸੀ ਉਹਨਾਂ ਦੇ ਵੱਲੋਂ ਸਾਡੇ ਜਿਹੜੇ ਹੁਣ ਉੱਥੋਂ ਦੇ ਜੰਪ ਵਾਲੇ ਬੱਚੇ ਜਾਂ ਤੀਜੀ ਪੀੜ੍ਹੀ ਜਿਹਦਾ ਮੇਰੇ ਪੋਤੇ-ਪੋਤੀਆਂ ਆ ਉਹ ਰੋਟੀ ਦਾਲ ਸਬਜ਼ੀ ਬਾਰੇ ਬਹੁਤ ਘੱਟ ਖਾਂਦੇ ਉਹ ਬਾਹਰਲੇ ਖਾਣੇ ਲੈਂਦੇ ਤਾਂ ਮੈਂ ਕਹਿੰਦਾ ਵੀ ਕੋਈ ਜ਼ਮਾਨਾ ਆਏਗਾ ਅਸੀਂ ਗੋਰਿਆਂ ਵਾਲਾ ਦੇਖਦੇ ਹੁੰਦੇ ਸੀ ਉਹ ਘਰੋਂ ਉੱਠ ਕੇ ਆਪਣਾ ਤਿਆਰ ਹੁੰਦੇ ਆ ਤੇ ਕੰਮਾਂ ਦੇ ਤੁਰ ਜਾਂਦੇ ਆ ਪਰ ਆਉਂਦੇ ਉਹਨਾਂ ਨੇ ਕਾਫੀ ਲੈਣੀ ਆ ਤੇ ਕੰਮ ਤੇ ਚੱਲ ਜਾਣਾ ਉੱਥੇ ਉਹਨਾਂ ਨੇ ਲੰਚ ਲੈਣਾ ਡਿਨਰ ਕਦੇ-ਕਦੀ ਆ ਕੇ ਬਣਾਉਂਦੇ ਹੁਣ ਸਾਡੇ ਜਿਹੜੀ ਫਰਕ ਕੀਤਾ ਮੇਰੇ ਪੁੱਤੇ-ਪੋਤੀਆਂ ਜਦ ਪ੍ਰਿੰਸੀਪਲ ਸਾਹਿਬ ਦੇ ਜਾਵੇ ਦਾ ਮਤਲਬ ਜਿਹੜੀ ਅਗਲੀ ਪੀੜ੍ਹੀ ਆਉਣੀ ਆ ਉਹ ਵੀ ਤਕਰੀਬਨ ਉਹ ਘਰਾਂ ਵਿੱਚ ਖਾਣਾ ਘਰਾਂ ਵਿੱਚ ਖਾਣਾ ਤਿਆਰ ਘੱਟ ਕੀਤਾ ਜਾਂਦਾ ਦੇਖੋ ਕੈਨੇਡਾ ਵਿੱਚ ਨਾ ਪੰਜਾਬੀ ਕਹਾਣੀ ਦੀ ਸ਼ੁਰੂਆਤ ਕੈਨੇਡਾ ਕਹਾਣੀ ਜਿਹੜੀ ਆ ਕੈਨੇਡਾ ਕਹਾਣੀ ਦੀ ਉਮਰ ਕੋ 40 ਸਾਲ ਬਣਦੀ ਆ 40-42 ਸਾਲ ਬਣਦੀ ਆ ਤੇ ਪਹਿਲਾ ਉਥੋਂ ਦਾ ਕਹਾਣੀਕਾਰ ਹੈ ਰਵਿੰਦਰ ਰਵੀ ਉਹਦਾ ਪਹਿਲਾ ਕਹਾਣੀ ਸੰਗ੍ਰਹਿ ਸੀ ਜਿੱਥੇ ਦੀਵਾਰਾਂ ਨਹੀਂ ਉਸ ਤੋਂ ਬਾਅਦ ਸਾਧੂ ਬਿਨੇ ਤੇ ਕੁਝ ਹੋਰ ਕਹਾਣੀਕਾਰਾਂ ਨੇ ਕਹਾਣੀਆਂ ਲਿਖੀਆਂ ਤੇ ਸਾਉਦੇਵ ਬੇਨਿੰਗ ਤੇ ਸੁਖਵੰਤ ਨੇ ਸੁਖਵੰਤ ਹੁੰਦਲ ਨੇ ਕਥਾ ਕਨੇਡਾ ਤਿਆਰ ਕੀਤਾ ਕਹਾਣੀ ਸੰਗ੍ਰਹਿ ਉਹਦੇ ਵਿੱਚ ਉਹਨਾਂ ਨੇ ਕੈਨੇਡਾ ਦੀ ਉਸ ਵੇਲੇ ਦੀ ਜਿਹੜੀ ਕਹਾਣੀ ਸੀਗੀ ਉਹਨੂੰ ਪੇਸ਼ ਕੀਤਾ ਸੀ ਉਹ 191997-98 ਦੀ ਕਿਤਾਬ ਛਪੀ ਸੀ ਉਹ ਤੇ तकरीबन 15 ਸਾਲ ਬਾਅਦ ਮੈਂ ਸੋਚਿਆ ਵੀ ਮੈਂ ਦੇਖਿਆ ਰਾਦਰ ਕਿ ਪੰਜਾਬੀ ਕਹਾਣੀ ਉਸ ਕਥਾ ਕੈਨੇਡਾ ਦੇ ਸੰਗ੍ਰਹਿ ਤੋਂ ਗਾਹਾਂ ਕਾਫੀ ਆ ਗਈ ਹੈ ਜਾਣੇ 20ਵੀਂ ਸਦੀ ਦਾ ਜੋ ਆਖਰੀ ਦਹਾਕਾ ਸੀਗਾ ਔਰ ਉਸ ਵਿੱਚ ਜਾਣੇ ਕਾਫੀ ਕਹਾਣੀਕਾਰ ਸ਼ਾਮਲ ਹੋਏ ਆ ਐਕਟਿਵ ਹੋਏ ਆ ਸਰਗਰਮ ਹੋਏ ਆ ਜਿਵੇਂ ਮੇਜਰ ਮੰਗਟ ਬਲਬੀਰ ਕੋਹ ਸੰਘੇੜਾ ਹਰਪੀ ਸੇਖਾ ਕੁਲਜੀਤ ਮਾਨ ਇਸ ਤਰ੍ਹਾਂ ਸਾਰੇ ਮਿੰਨੀ ਗੜੇਵਾਲ ਤੇ ਕਹਾਣੀ ਵਿੱਚ ਕਾਫੀ ਜਾਣੀ ਚੇਂਜ ਆ ਰਹੀ ਸੀ ਤਾਂ ਮੈਂ ਫਿਰ 2011 ਵਿੱਚ ਇਹ ਸੰਪਾਦਿਤ ਕੀਤੀ ਮੈਂ ਦੇਖਿਆ ਵੀ ਇਹ ਜਿਹੜੀ ਹੁਣ ਪੰਜਾਬੀ ਕਹਾਣੀ ਆ ਇਹ ਕਾਫੀ ਅੱਗੇ ਆ ਗਈ ਆ ਇਹਦੇ ਵਿੱਚ ਜਾਣੇ ਵਿਸ਼ਾ ਪੱਖ ਤੋਂ ਅ ਫਿਰ ਉਹਦੀ ਜੋ ਪੇਸ਼ਕਾਰੀ ਆ ਤਾਂ ਉਹਦੇ ਵਿੱਚ ਜੋ ਜੋ ਯੋਗਤਾ ਆਈਆਂ ਸਾਰਾ ਕੁਝ ਤੇ ਮੈਂ 2011 ਵਿੱਚ ਉਹ ਕਿਤਾਬ ਤਿਆਰ ਕੀਤੀ ਹੈ ਉਦੇ ਵਿੱਚ 14 ਕਹਾਣੀਕਾਰਾਂ ਦੀਆਂ ਪ੍ਰਤੀਨਿਧ ਕਹਾਣੀਆਂ ਸ਼ਾਮਿਲ ਕੀਤੀਆਂ ਆ ਤੇ ਉਹ ਕਹਾਣੀਆਂ ਦੇ ਵਿੱਚ ਕਿਹੜੇ-ਕਿਹੜੇ ਮਤਲਬ ਸਬਜੈਕਟ ਆ ਔਰ ਕਹਾਣੀਆਂ ਦੇ ਵਿੱਚ ਕਿਹੜੀ ਕਲਾ ਪੱਖੋਂ ਕਲਪ ਕਲਾ ਪੱਖੋਂ ਕਿਹੜੀਆਂ ਇਮਪਰੂਵਮੈਂਟ ਹੋਈਆਂ ਤੇ ਮੈਂ ਯਾਨੀ ਥੋੜੇ ਲਫ਼ਜ਼ਾਂ ਵਿੱਚ ਇਹ ਕਹਿ ਸਕਦਾ ਕਿ 2011 ਵਿੱਚ ਮੈਂ ਇਹ ਮਹਿਸੂਸ ਕੀਤਾ ਸੀ ਕਿ ਕੈਨੇਡਾ ਦੀ ਪੰਜਾਬੀ ਕਹਾਣੀ ਮੈਂ ਦੋ ਗੱਲਾਂ ਇੱਕ ਦੋ ਗੱਲਾਂ ਪਹਿਲਾਂ ਇੰਗਲੈਂਡ ਦੀ ਕਹਾਣੀ ਬਾਰੇ ਵੀ ਦੱਸ ਸਕਦਾ ਉੱਥੋਂ ਦੀ ਜਿਹੜੀ ਪੰਜਾਬੀ ਕਹਾਣੀ ਸੀ ਭੂເຮਰਵਾ ਦਾ ਉਹ ਜਾਦਾ ਜਿਹੜਾ ਨਸਲਵਾਦ ਦੇ ਬਾਰੇ ਸੀ ਅਮਰੀਕਾ ਦੀ ਕਹਾਣੀ ਵਿੱਚ ਕੁਝ ਚੇਂਜ ਆਈ ਨਹੀਂ ਸਗੀਆਂ ਉਹਨਾਂ ਨੇ ਤਕਰੀਬਨ ਪੀੜੀ ਪਾੜਾ ਤੋਂ ਗਾਂ ਤੁਰੇ ਪਰ ਜਿਹੜੀ ਕੈਨੇਡਾ ਦੀ ਕਹਾਣੀ ਸੀ ਇਹਨਾਂ ਨੇ ਸ਼ੁਰੂ ਵਿੱਚ ਹੀ ਪੱਛਮੀ ਸੰਸਕ੍ਰਿਤੀ ਜਿਹੜੀ ਹੈਗੀ ਆ ਉਹਦੇ ਨਾਲ ਸੰਵਾਦ ਸ਼ੁਰੂ ਕਰ ਲਿਆ ਸੀ ਸੋ ਮੈਂ ਜਾਣੀ ਇਹ ਅਨ ਆਖਰਕਾਰ ਮੈਂ ਮਤਲਬ ਇਹ ਗੱਲ ਇਸ ਗੱਲ ਤੇ ਪਹੁੰਚਾ ਇਹ ਨਤੀਜਾ ਕੱਢਿਆ ਕਿ ਕੈਨੇਡਾ ਦੀ ਕਹਾਣੀ ਪੰਜਾਬੀ ਦੀ ਮੁਖ ਧਾਰਾ ਦੀ ਕਹਾਣੀ ਦੇ ਨਾਲ ਵਰ ਮੇਚ ਰਹੀ ਹੈ ਤਾਂ ਹੁਣ ਜੇ ਮੈਂ ਇਹ ਗੱਲ ਕਰਾਂ ਤੇ ਕੁਝ ਕਹਾਣੀਆਂ ਦਾ ਜ਼ਿਕਰ ਕਰਨਾ ਹੋਵੇ ਜੇ ਤਾਂ ਮੈਂ ਇਹ ਵੀ ਮੈਂ ਕੋਈ ਦਾਵਾ ਨਹੀਂ ਕਰਦਾ ਪਰ ਮੈਂ ਇਹ ਮਹਿਸੂਸ ਕਰਦਾ ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ ਮੈਂ ਮਹਿਸੂਸ ਕਰਦਾ ਕਿ ਪ੍ਰਵਾਸੀ ਕਹਾਣੀ ਕੈਨੇਡਾ ਦੀ ਕਹਾਣੀ ਪੰਜਾਬੀ ਕਹਾਣੀ ਨੂੰ ਥੋੜਾ ਜਿਹਾ ਗਾਂਹ ਲੈ ਕੇ ਗਈ ਹੈ ਜਿਹਦੇ ਵਿੱਚ ਹਾਰਪੀ ਸੇਖਾ ਦੀ ਕਹਾਣੀ ਹੈ ਪੰਜਾਬੀ ਸੂਟ ਪਰਵੇਸ਼ ਸੰਧੂ ਦੀ ਕਹਾਣੀ ਟੁਕੜੇ ਬਲੀਵੀਰ ਸਿੰਘ ਇਲਾ ਦੀ ਕਹਾਣੀ ਚੱਪਕ ਸੂਰਜ ਤੇ ਮੇਰੀਆਂ ਜੋ ਮੈਂ ਇਹ ਕਹਿ ਰਿਹਾ ਦੱਸ ਰਿਹਾ ਸੀਗਾ ਕਹਾਣੀਆਂ ਅੰਤਰਰਾਸ਼ਟਰੀ ਮਸਲੇ ਵਾਲੀਆਂ ਕਹਾਣੀਆਂ ਸੋ ਇੰਨੀ ਗੱਲਾਂ ਪ੍ਰਵਾਨ ਕਰਨੀਆਂ